ਸਾਲ 2014 ਵਿੱਚ ਵਾਪਰੇ ਬਹੁ ਚਰਚਿਤ ਬਿਕਰਮਜੀਤ ਸਿੰਘ ਕਤਲ ਮਾਮਲੇ ਦੇ ਵਿੱਚ ਅੰਮ੍ਰਿਤਸਰ ਦੇ ਵਧੀਕ ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਨੇ ਅਹਿਮ ਫੈਸਲਾ ਸੁਣਾਉਂਦਿਆਂ ਦੋਸ਼ੀ ਕਰਾਰ ਦਿੱਤੇ। 11 ਪੁਲਿਸ ਮੁਲਾਜ਼ਮਾਂ ਅਤੇ 2 ਸਿਵਲੀਅਨਸ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ, ਜਿਨ੍ਹਾਂ ਇਲਾਜ ਕਰਵਾ ਰਹੇ ਕੈਦੀ ਬਿਕਰਮਜੀਤ ਸਿੰਘ ਵਾਸੀ ਅਲਗੋ ਕੋਠੀ ਜ਼ਿਲ੍ਹਾ ਤਰਨ ਤਾਰਨ ਨੂੰ ਗੁਰੂ ਨਾਨਕ ਹਸਪੀਟਲ ਅੰਮ੍ਰਿਤਸਰ ਤੋਂ ਅਗਵਾਹ ਕਰਨ ਤੋਂ ਬਾਅਦ ਅਣਮਨੁੱਖੀ ਤਸ਼ੱਦਦ ਕਰਕੇ ਉਸਦੀ ਲਾਸ਼ ਨੂੰ ਕੀਰਤਪੁਰ ਸਾਹਿਬ ਨਹਿਰ ਵਿੱਚ ਰੋੜ ਦਿੱਤਾ ਸੀ। ਬੀਤੇ ਦਿਨ ਸੈਸ਼ਨ ਜੱਜ ਦੇ ਫੈਸਲਾ ਸੁਣਾਉਣ ਦੇ ਸਮੇਂ ਮੁਲਜ਼ਮਾਂ ਦੇ ਚਿਹਰੇ ਮੁਰਝਾਏ ਹੋਏ ਸਨ। ਇਸ ਫੈਸਲੇ ਨੂੰ ਸੁਣਨ ਦੇ ਲਈ ਪੀੜਤ ਪਰਿਵਾਰ ਦੇ ਮੈਂਬਰ ਅਤੇ ਹੋਰ ਲੋਕ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਕਚਹਿਰੀਆਂ ਵਿੱਚ ਪਹੁੰਚੇ ਹੋਏ ਸਨ। ਇਸ ਮੌਕੇ ਤੇ ਸਜ਼ਾ ਯਾਫਤਾ ਪੁਲਿਸ ਇੰਸਪੈਕਟਰ ਨੁਰੰਗ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਉੱਚ ਅਧਿਕਾਰੀਆਂ ਵੱਲੋਂ ਬਲੀ ਦਾ ਬੱਕਰਾ ਬਣਾਇਆ ਗਿਆ। ਉਹ ਬਿਕਰਮਜੀਤ ਸਿੰਘ ਮਾਮਲੇ ਵਿੱਚ ਬੇਕਸੂਰ ਹਨ, ਪਰ ਫਿਰ ਵੀ ਉਹ ਅਦਾਲਤੀ ਫੈਸਲੇ ਦਾ ਸਨਮਾਨ ਕਰਦੇ ਹਨ ਅਤੇ ਆਪਣੇ ਨਾਲ ਹੋਈ ਬੇਇਨਸਾਫੀ ਲਈ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ। ਮੇਰਾ ਬ੍ਰਦਰ ਸੀਗਾ ਇੱਥੇ, ਉਹਦੇ ਬਿਕਰਮਜੀਤ ਸਿੰਘ ਕੈਦੀ ਦੀ ਇੱਥੇ ਸੀਗਾ, ਗੁਰੂ ਨਾਨਕ ਹੋਸਪਿਟਲ ਐਡਮਿਟ ਸੀਗਾ ਅਤੇ 2 ਜਣਿਆਂ ਦੀ ਡਿਊਟੀ ਪਹਿਲਾਂ ਲੱਗੀ ਹੋਈ ਸੀ ਅਤੇ ਮੇਰੇ ਬ੍ਰਦਰ ਨੂੰ ਕਿਹਾ ਉਹਨਾਂ ਨੇ ਕਿ ਉਹਨਾਂ ਨੇ ਕਿਹਾ ਕਿ ਸਾਨੂੰ ਇੱਥੇ ਬੰਦੇ ਘੱਟ ਨੇ ਅਤੇ ਇੱਕ ਬੰਦਾ ਹੋਰ ਗਾਰਡ ਵਾਸਤੇ ਭੇਜਿਆ ਜਾਏ ਅਤੇ ਮੇਰੇ ਬ੍ਰਦਰ ਨੂੰ 4 ਤਰੀਕ ਨੂੰ ਉੱਥੋਂ ਰਿਲੀਵ ਕਰਕੇ ਸ਼ਾਮ ਨੂੰ ਭੇਜਿਆ। ਸਿਰਫ 1 ਘੰਟੇ ਦੀ ਮੇਰੇ ਬ੍ਰਦਰ ਨੇ ਡਿਊਟੀ ਦਿੱਤੀ ਗਈ। ਕੀ ਨਾਮ ਹੈ ਜੀ ਤੁਹਾਡੇ ਬ੍ਰਦਰ ਦਾ? ਮੇਰੇ ਬ੍ਰਦਰ ਦਾ ਨਾਮ ਰਣਧੀਰ ਸਿੰਘ ਆ, ਬਿਲਕੁਲ ਬੇਵਜ੍ਹਾ ਬੇਕਸੂਰ 1 ਘੰਟੇ ਦੀ ਡਿਊਟੀ ਅਤੇ ਚੱਕਮਾ ਦੇ ਕੇ ਭੱਜ ਗਿਆ। ਪਤਾ ਨਹੀਂ ਲੱਗਣ ਦਿੱਤਾ ਉਸਨੇ ਵੀ ਚੱਕਮਾ ਦੇ ਕੇ ਭੱਜ ਗਿਆ ਅਤੇ ਬਾਕੀ ਇਹਨਾਂ ਨੇ ਗੌਰ ਜੋ ਵੀ FRI ਲਿਖੀ ਸੀ ਪਹਿਲੇ ਪੇਜ 'ਤੇ ਉਹ ਕਿਸੇ ਨੇ ਕੋਈ ਗੌਰ ਹੀ ਨਹੀਂ ਕੀਤਾ ਇਹਨਾਂ ਨੇ ਜੱਜ ਸਾਹਿਬ ਨੇ। ਇਸ ਦੌਰਾਨ ਸਜ਼ਾ ਯਾਫਤਾ ਦੋਸ਼ੀਆਂ ਦੇ ਵਿੱਚ ਸ਼ਾਮਿਲ ਰਣਧੀਰ ਸਿੰਘ ਦੇ ਪਰਿਵਾਰ ਨੇ ਕਿਹਾ ਹੈ ਕਿ ਉਹਨਾਂ ਨਾਲ ਵੀ ਬੇਇਨਸਾਫੀ ਹੋਈ ਹੈ ਕਿਉਂਕਿ ਰਣਧੀਰ ਸਿੰਘ ਨੇ ਮੁਲਾਜ਼ਮਾਂ ਦੀ ਘਾਟ ਕਾਰਨ ਕੇਵਲ 1 ਘੰਟਾ ਹੀ ਡਿਊਟੀ ਕੀਤੀ ਸੀ, ਉਸਨੇ ਬਿਕਰਮਜੀਤ ਸਿੰਘ ਦੀ ਸ਼ਕਲ ਤੱਕ ਨਹੀਂ ਵੇਖੀ, ਇਸ ਲਈ ਉਹ ਵੀ ਇਨਸਾਫ਼ ਦੇ ਲਈ ਹਾਈਕੋਰਟ ਜਾਣਗੇ। ਜਾਣਕਾਰੀ ਮੁਤਾਬਕ ਇਹ ਮਾਮਲਾ ਸੰਨ 2014 ਦਾ ਹੈ। ਕਤਲ ਕੇਸ ਵਿੱਚ ਜੇਲ੍ਹ ਦੇ ਵਿੱਚ ਬੰਦ ਕੈਦੀ ਬਿਕਰਮਜੀਤ ਸਿੰਘ ਦੀ ਸਿਹਤ ਠੀਕ ਨਾ ਹੋਣ ਕਰਕੇ ਉਸਨੂੰ ਹਸਪੀਟਲ ਦਾਖਲ ਉਹਨਾਂ ਕਰਵਾਇਆ ਸੀ। ਉਸ ਸਮੇਂ ਇੰਸਪੈਕਟਰ ਨੁਰੰਗ ਸਿੰਘ ਦੀ ਅਗਵਾਈ ਹੇਠ CIA ਸਟਾਫ ਪੁਲਿਸ ਦੀ ਟੀਮ ਨੇ ਬਿਕਰਮਜੀਤ ਸਿੰਘ ਨੂੰ ਹਸਪਤਾਲੋਂ ਚੁੱਕ ਕੇ ਅਣਮਨੁੱਖੀ ਤਸ਼ੱਦਦ ਕੀਤਾ ਸੀ ਅਤੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਗਲੋਬ ਐਡਵਾਈਸ ਓਵਰਸੀਜ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ, ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕੋਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕੋਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ LORs SOPs ਹੈਲਪ ਕਰਦੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ ਏਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।